ਭੋਗਪੁਰ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਸਾਹਮਣੇ ਪੈਂਦੀ ਗਲੀ ਦੇ ਘਰ 'ਚ ਇਕੱਲੀ ਰਹਿੰਦੀ 65 ਸਾਲ ਦੇ ਗਰੀਬ ਮਹਿਲਾ ਦੀ ਬੰਦ ਕਮਰੇ ਅੰਦਰੋਂ ਲਾਸ਼ ਮਿਲਣ ਨਾਲ ਪੂਰੇ ਕਸਬੇ ਦੇ ਵਿੱਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਬਖਸ਼ ਕੌਰ ਉਮਰ ਕਰੀਬ 65 ਸਾਲ, ਪਤਨੀ ਲੇਟ ਗੁਰਮੇਜ ਸਿੰਘ ਵਾਸੀ ਵਾਰਡ ਨੰਬਰ 1 ਜੱਟਾ ਮੁਹੱਲਾ ਭੋਗਪੁਰ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ ਭੋਗਪੁਰ ਵਿਖੇ ਘਰ 'ਚ ਇਕੱਲੀ ਰਹਿੰਦੀ ਸੀ। ਇਸ ਦੌਰਾਨ ਮ੍ਰਿਤਕ ਗੁਰਬਖਸ਼ ਕੌਰ ਦੀ ਬੇਟੀ ਜੋ ਕਿ ਜਲੰਧਰ ਰਹਿੰਦੀ ਹੈ ਅੱਜ ਭੋਗਪੁਰ ਆਪਣੇ ਘਰ ਵਿਖੇ ਆਈ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦੇ ਬਾਹਰ ਕੁੰਡਾ ਲੱਗਾ ਹੋਇਆ ਸੀ। ਜਦੋਂ ਉਕਤ ਲੜਕੀ ਨੇ ਕੁੰਡਾ ਖੋਲ੍ਹ ਕੇ ਅੰਦਰ ਗਈ ਤਾਂ ਅੰਦਰ ਪਹਿਲੀ ਮੰਜ਼ਿਲ ਦੇ ਕਮਰੇ 'ਚ ਗੁਰਬਖਸ਼ ਕੌਰ ਦੀ ਲਾਸ਼ ਬੈੱਡ ਉੱਪਰ ਪਈ ਮਿਲੀ ਅਤੇ ਕਮਰੇ ਨੂੰ ਬਾਹਰੋਂ ਕੁੰਡੀ ਲੱਗੀ ਹੋਈ ਸੀ। ਦੂਜੇ ਪਾਸੇ ਘਰ 'ਚ ਕੋਈ ਵੀ ਸਮਾਨ ਨਹੀਂ ਖਿਲ ਰਿਹਾ ਸੀ। ਭੋਗਪੁਰ ਤੋਂ ਸਚਿਨ ਅਗਰਵਾਲ ਦੇ ਨਾਲ ਮਨਜਿੰਦਰ ਸਿੰਘ ਅਤੇ ਕੈਮਰਾਮੈਨ ਰਾਜਕੁਮਾਰ ਦੀ ਰਿਪੋਰਟ।